ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਚੱਲ ਰਹੇ ਮਾਮਲੇ ਵਿੱਚ ਕੋਰਟ ਵੱਲੋਂ ਜਲਦ ਸੁਣਵਾਈ ਕੀਤੀ ਜਾਵੇਗੀ। ਇਹ ਕੇਸ 2009 ਵਿੱਚ ਬਲਵੰਤ ਸਿੰਘ ਖੇੜਾ ਵੱਲੋਂ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕੀਤਾ ਗਿਆ ਸੀ। ਖੇੜਾ ਦਾ ਆਰੋਪ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਵਿਧਾਨ ਨਾਲ ਛੇੜਛਾੜ ਕੀਤੀ ਗਈ ਹੈ। ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ, ਸੁਖਵੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ, ਚਰਨਜੀਤ ਸਿੰਘ ਬਰਾੜ ਸਣੇ ਹੋਰ ਕਈ ਅਕਾਲੀ ਨੇਤਾਵਾਂ 'ਤੇ ਦੋਸ਼ ਲੱਗੇ ਹੋਏ ਨੇ। ਇਸ ਕੇਸ ਵਿੱਚ ਉਸ ਵੇਲੇ ਵੱਡਾ ਮੋੜ ਆਇਆ ਜਦ ਪ੍ਰਕਾਸ਼ ਸਿੰਘ ਬਾਦਲ, ਸੁਖਵੀਰ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਨੂੰ 3/12/2009 ਨੂੰ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ ਸੀ। ਮੈਂ ਸਮਝਦਾ ਕਿ ਇਹ ਸਾਡੀ 99.9% ਜਿੱਤਾ, ਕਿਉਂਕਿ ਕੋਰਟ ਨੇ ਸਹੀ ਪਾਇਆ ਕਿ ਜਿਹੜਾ ਸਾਡਾ ਕੇਸ ਹੈ, ਜਿਹੜੇ ਇਹ ਦੋਸ਼ੀ ਬਣ ਵਾਲੇ ਲੋਕ ਆ, ਵੱਡੀਆਂ 4-5 ਵਾਰੀ ਮੁੱਖ ਮੰਤਰੀ ਰਹਿਣ ਵਾਲਾ, ਉਹਨਾਂ ਨੇ ਡਾਕੂਮੈਂਟ ਸ਼੍ਰੋਮਣੀ ਅਕਾਲੀ ਦਲ ਦੇ ਰਿਕਾਰਡ 'ਚੋਂ, ਉਹਨਾਂ ਦੇ ਕਾਰਵਾਈ ਰਜਿਸਟਰ 'ਚੋਂ ਅਸੀਂ ਲਿਆ ਕੇ ਪੇਸ਼ ਕਰ ਦਿੱਤੇ। ਭਾਰਤ ਦੇ ਇਲੈਕਸ਼ਨ ਕਮਿਸ਼ਨ ਤੋਂ ਰਿਕਾਰਡ ਲਿਆ ਕੇ ਪੇਸ਼ ਕਰ ਦਿੱਤਾ, ਗੁਰਦੁਆਰਾ ਇਲੈਕਸ਼ਨ ਕਮਿਸ਼ਨ ਚੰਡੀਗੜ੍ਹ ਤੋਂ ਰਿਕਾਰਡ ਲਿਆ ਕੇ ਪੇਸ਼ ਕਰ ਦਿੱਤਾ। ਇਸ ਕਰਕੇ ਇਹ ਫਸ ਗਏ ਹੁਣ, ਔਰ ਜਿਸ ਤਰੀਕੇ ਦੇ ਨਾਲ ਗੰਢੇ ਦੀਆਂ ਖੁੱਲ੍ਹਦੀਆਂ ਨਾ ਪਰਤਾਂ ਆਉਣ ਵਾਲੇ ਸਮੇਂ ਦੇ ਵਿੱਚ, ਮੈਂ ਧੰਨਵਾਦੀ ਹਾਂ ਬਰਾੜ ਸਾਹਿਬ ਦਾ ਔਰ ਪੁਰੀ ਸਾਹਿਬ ਦਾ ਕਿ ਇਹਨਾਂ ਨੇ ਕੇਸ ਨੂੰ ਇਸ ਢੰਗ ਦੇ ਨਾਲ ਪੁੱਟ ਕੀਤਾ, ਸੱਚਾਈ ਪ੍ਰਗਟ ਹੋ ਗਈ। ਉੱਧਰ ਗੁਰੂ ਨਾਨਕ ਸਾਹਿਬ ਦਾ 550 ਦਿਨਾ, ਉਹਨਾਂ ਨੇ ਕਿਹਾ ਸੀ ਮਿੱਟੀ ਧੁੰਦ ਜਗ ਚਾਨਣ ਹੋਆ। ਇਹ ਅਕਾਲੀ ਦਲ ਲੀਡਰਾਂ ਦਾ ਜਿਹੜਾ ਸਹੀ ਹੁਲੀਆ ਲੋਕਾਂ ਦੇ ਸਾਹਮਣੇ ਆਇਆ ਵੀ ਇਹ ਫਰੋਡ ਕਰਨ ਵਾਲੇ ਆਦਮੀ ਆ, ਝੂਠੇ ਆ, ਜਾਲਸਾਜ਼ੀ ਕਰਨ ਵਾਲੇ ਆ, ਧਾਰਮਿਕ ਚੋਗੇ ਨਹੀਂ ਪਾਇਓ ਆ, ਅਸਲ ਵਿੱਚ ਇਹ ਜਿਹੜਾ ਲੁਟੇਰਾ ਗਰੋਹ ਆ। ਇਸ ਕਰਕੇ ਇਹ ਦੁਨੀਆ ਨੂੰ ਹੁਣ ਜ਼ਾਹਰ ਹੋ ਗਿਆ ਦੁਨੀਆ ਭਰ ਵਿੱਚ। ਅੱਜ ਅਦਾਲਤ ਨੇ ਇਹਨਾਂ ਤਿੰਨਾਂ ਨੂੰ ਤਲਬ ਕੀਤਾ ਭਈ ਤੁਸੀਂ ਤੁਹਾਡਾ ਪੱਖ ਕੀ ਆ ਦੱਸੋ। ਸਾਡਾ ਪੱਖ ਤਾਂ ਜ਼ਾਹਰ ਸੀ, ਰਿਕਾਰਡ ਤੋਂ ਹੀ ਜ਼ਾਹਰ ਸੀ, ਔਰ ਸਾਨੂੰ ਖੁਸ਼ੀ ਹੈ ਕਿ ਰਿਆੜ ਸਾਹਿਬ ਔਰ ਪੁਰੀ ਸਾਹਿਬ ਦੀਆਂ ਕੋਸ਼ਿਸ਼ਾਂ ਦੇ ਨਾਲ ਸੱਚਾਈ ਪ੍ਰਗਟ ਹੋ ਗਈ। ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਹਾਈ ਕੋਰਟ ਨੇ ਪਾਕਿਸਤਾਨ ਜਾਣ ਦੀ ਆਗਿਆ ਦੇ ਦਿੱਤੀ ਹੈ, ਜੋ ਕਿ ਅਟਾਰੀ ਸਰਹੱਦ ਰਾਹੀਂ 7 ਨਵੰਬਰ ਨੂੰ ਪਾਕਿਸਤਾਨ ਜਾਣਗੇ, ਜਿੱਥੇ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 595 ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਵਿੱਚ ਹਿੱਸਾ ਲੈਣਗੇ। ਉਹਨਾਂ ਨੂੰ 5 ਲੱਖ ਰੁਪਏ ਦੇ ਜੁਰਮਾਨੇ ਨਾਲ 16 ਨਵੰਬਰ ਤੋਂ ਪਹਿਲਾਂ ਭਾਰਤ ਪਰਤਣ ਦੀ ਹਦਾਇਤ ਵੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 31 ਅਕਤੂਬਰ ਨੂੰ ਸਰਨਾ ਨੂੰ ਪਾਕਿਸਤਾਨ ਜਾਣ ਤੋਂ ਉਦੋਂ ਰੋਕ ਦਿੱਤਾ ਗਿਆ ਸੀ ਜਦ ਉਹ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ 'ਚ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਨਨਕਾਣਾ ਸਾਹਿਬ ਲਈ ਜਾ ਰਹੇ ਸਨ।